ਵਾਰ ਦੇ ਵਿੱਚ ਬੱਬੂ ਮਾਨ ਜਦੋਂ ਜਿਹਨੂੰ ਨਹੀਂ ਜਾਣਦੇ ਸੀ ਲੋਕੀ ਉਸ ਤੋਂ ਬਾਅਦ ਰਾਤੋ ਰਾਤ ਕਲਾਕਾਰ ਬਣਦਾ ਤੁਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਹੋ ਤੁਸੀਂ ਉਹਨਾਂ ਦੇ ਨਾਲ ਉਹ ਸਮਾਂ ਹਟਾਇਆ ਜਦੋਂ ਉਹ ਇੱਕ ਆਮ ਵਿਅਕਤੀ ਸੀਗਾ ਤੇ ਉਸ ਤੋਂ ਬਾਅਦ ਇੱਕ ਫਨਕਾਰ ਕਲਾਕਾਰ ਬਣ ਗਿਆ ਤੇ ਉਸ ਤੇ ਸਮੇਂ ਦੇ ਦੌਰਾਨ ਜਦੋਂ ਖਾੜੇ ਲੱਗਣੇ ਸ਼ੁਰੂ ਹੋਏ ਤਾਂ ਪਹਿਲੇ ਖਾੜੇ ਦਾ ਤਜਰਬਾ ਕੀ ਸੀ ਤੁਹਾਡਾ ਉਹਦੇ ਨਾਲ ਹਾਂ ਉਹ ਵੀ ਬਹੁਤ ਵਧੀਆ ਸੀ ਜੀ ਫਸਟ ਸਟੇਜ ਸੀਗੀ ਅਮਰੀਕਾ ਨਾਲ ਜਿਹੜਾ ਪ੍ਰੋਗਰਾਮ ਬੁੱਕ ਕੀਤਾ ਸੀਗਾ ਹੁਸ਼ਿਆਰਪੁਰ ਦੇ ਕੋਲ ਸੀਗਾ ਕੋਈ ਏਰੀਆ ਮੈਂ ਉਹ ਜਗ੍ਹਾ ਦਾ ਨਾਂ ਭੁੱਲਦਾ ਉੱਥੇ ਸੀਗੇ ਇੱਕੋ ਗੱਡੀ ਦੇ ਵਿੱਚ ਮੈਂ ਨਾਲ ਸਾਡੇ ਬੱਬੂ ਪਿੱਛੇ ਬੈਠਾ ਸੀ ਤੇ ਮੇਰੇ ਨਾਲ ਬਈ ਰਾਜ ਬਰਾੜ ਸਾਡੇ ਚ ਹੁਣ ਹੈ ਨਹੀਂ ਉਹ ਹਰਪਾਜੀ ਸ਼ੇਰਾ ਚਾਰ ਜਣੇ ਇੱਕੋ ਗੱਡੀ ਸੀਗੇ ਜਾਂਦੇ ਜਾਂਦੇ ਕਿਤਨੋਂ ਕਿਤੇ ਮੰਚ ਸੀਗਾ ਕਿ ਯਾਰ ਪਹਿਲੀ ਸਟੇਜ ਹੈ ਪਤਾ ਨਹੀਂ ਕਿਸ ਤਰ੍ਹਾਂ ਦਾ ਰਿਸਪੌਂਸਰ ਹੋਊਗਾ ਹੁੰਦੇ ਆ ਨਾ ਜਦੋਂ ਆਪਾਂ ਆਰਟਿਸਟਾਂ ਨੂੰ ਮੈਨੂੰ ਨਾਲ ਲੈ ਕੇ ਜਾਂਦੇ ਆ ਕਿਉਂਕਿ ਉਦੋਂ ਪਹਿਲਾਂ ਮੈਂ ਬੱਬੂ ਦਾ ਖੜਾ ਨਹੀਂ ਸੀ ਸੁਣਿਆ ਕਿਤੇ ਵੈਸੇ ਅਸੀਂ ਇਕੱਠੇ ਸੀਗੇ 6 ਸਾਢੇ 10 ਸਾਲ ਤੋਂ ਦਿਨ ਰਾਤ ਹਾਰ ਟਾਈਮ ਨਾਲ ਨਾਲ ਹੀ ਰਹਿਣਾ ਮੇਰੇ ਨਾਲ ਸ਼ਾਮ ਨੂੰ ਮੈਂ ਸਟੂਡੀਓ ਤੋਂ ਖਾਣੇ ਜਾਣਾ ਤਾਂ ਬੱਬੂ ਨੇ ਖਾਣੇ ਚਲੇ ਜਾਣਾ ਖਾਣੇ ਅਸੀਂ ਘਰੇ ਰਹਿਣਾ ਸਵੇਰੇ ਉੱਠ ਕੇ ਫੇਰ ਆ ਜਾਣਾ ਇੱਧਰ ਨੂੰ ਸੋਏ ਰੂਟੀਨ ਸੀਗਾ ਟੇਪ ਦੇ ਦੌਰਾਨ ਵੀ ਇਕੱਠੇ ਰਹੇ ਫਿਰ ਬੰਬੇ ਵੀ ਗਏ ਅਸੀਂ ਨੀਂਦ ਰਗਾਣਾ ਸ਼ੂਟ ਕੀਤਾ ਫਿਰ ਪਿੰਡ ਪੈਰਾ ਜਿਹੜੀ ਵਧੀਆ ਸਾਥ ਰਿਹਾ ਉਸ ਤੋਂ ਬਾਅਦ ਰਿਲੀਜ਼ ਹੋ ਗਈ ਟੇਪ ਹਿੱਟ ਹੋ ਗਈ ਹੈ ਅੜਦਣੋਂ ਸ਼ੁਰੂ ਹੋ ਗਿਆ ਕਿ ਕੀਆ ਬਾਤ ਹੈ ਇਧਰ ਟੇਬ ਇਕ ਰਿਹਾ ਇਧਰ ਜੀ ਇਧਰ ਹੋ ਜਾਂਦੇ ਆ ਇਧਰ ਸੁਣ ਰਹੇ ਆ ਸੋ ਸੁਣਦੇ ਸੁਣਦੇ ਅਸੀਂ ਉਹ ਹੁਸ਼ਿਆਰਪੁਰ ਨੂੰ ਜਾ ਰਹੇ ਆ ਸਾਰਾ ਕੁਝ ਮਾਈਂਡ ਚ ਚੱਲੀ ਜਾ ਰਿਹਾ ਹੈ ਕਿ ਕਿਵੇਂ ਰਹੂਗਾ ਉੱਥੇ ਕੱਠ ਬਹੁਤ ਸੀ ਬਈ ਜੀ ਕੱਠ ਬਹੁਤ ਸੀਗਾ ਤੇ ਮੇਰੇ ਕਰਨਾ ਵੀ ਜਿੱਦੋਂ ਵੀ ਦੂਰ ਤੱਕ ਦੇਖ ਰਹੇ ਸੀਗੇ ਲੋਕਾਂ ਨੂੰ क्रेਜ਼ ਸੀਗਾ ਆਰਟਿਸਟ ਉੱਤੇ ਹੋਰ ਵੀ ਬਹੁਤ ਆਏ ਸੀਗੇ ਪਰ ਕਿਤਨੋਂ ਕਿਤੇ ਸਭ ਨੂੰ ਸੀਗਾ ਕਿ ਇੱਕ ਮੁੰਡਾ ਜਿਹੜਾ ਬੱਬੂ ਹੈ ਗਾਣੇ ਪਹੁੰਚ ਚੁੱਕੇ ਸੀਗੇ ਜੀ ਉਹਨੂੰ ਦੇਖਣ ਦਾ क्रेਜ਼ ਸੀਗਾ ਲੋਜੀ ਸਟੇਜ ਤੇ ਜਾ ਰਿਹਾ ਤੇ ਮੇਰੇ ਅੰਦਰ ਮੈਂ ਆਪਣੇ ਪਰਸਨਲ ਆਪਣੀ ਗੱਲ ਦੱਸਦਾ ਮੈਂ ਸ਼ਾਇਦ ਨਹੀਂ ਸ਼ੇਅਰ ਕੀਤੀ ਸ਼ਾਇਦ ਬੱਬੂ ਨੂੰ ਵੀ ਨਹੀਂ ਮੈਂ ਕਦੇ ਦੱਸਿਆ ਗਏ ਜਦੋਂ ਜਾ ਰਿਹਾ ਤੇ ਮੇਰੇ ਮਨ ਮਾਨ ਅਦਰ ਕਿ ਤੋੜਕੂ ਜਿਹਾ ਸੀਗਾ ਵੀ ਵੀ ਕਿਵੇਂ ਇਸ ਸਟੇਜ ਨੂੰ ਸੰਭਾਲਦਾ ਜਾਂਦੇ ਸਰ ਉਹਨੇ ਮਾਈਕ ਫੜਿਆ ਬਸ ਸਾਰੀ ਗੱਲਾਂ ਤਾਂ ਨਹੀਂ ਯਾਦ ਮੈਨੂੰ ਅ ਉਹਨੇ ਜਾਂਦੇ ਸਰ ਕਿਹਾ ਕਹਿੰਦੇ ਆਓ ਦੁਆ ਕਰੀਏ ਓਡੀਸ਼ਾ ਦੇ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਦੀਆਂ ਫਸਲਾਂ ਖੜਚ ਤਬਾਹ ਹੋ ਗਈਆਂ ਨੇ ਔ ਉਹ ਕਹਿੰਦਾ ਵਧਾਈ ਦਈਏ ਸੁਸ਼ਮਤਾ ਸੇਨ ਨੂੰ ਜਿਨੇ ਮਿਸ ਯੂਨੀਵਰਸ ਬਣ ਕੇ ਸਾਡੇ ਮੋਲਕ ਦਾ ਨਾਮ ਦੁਨੀਆ ਚ ਦੁਨੀਆ ਚ ਉਹ ਚਮਕਾਇਆ ਇਸ ਤਰ੍ਹਾਂ ਦੀ ਉਹਨੇ 10 ਗੱਲਾਂ ਕੀਤੀਆਂ ਬਈ ਲੋਕ ਕੀ ਲੈ ਗਏ ਇੱਕਦਮ ਮੇਰੇ ਛਾਤੀਆਂ ਐ ਚੌੜੀ ਹੋ ਗਈ ਮਹਿਲ ਲੈ ਵੀ ਆਹ ਸਵਾਦ ਦੀ ਗੱਲ ਆ ਤੇ ਉਹਨੇ 10 ਗੱਲਾਂ ਇਹ ਜੀਆਂ ਕੀਤੀਆਂ ਮੈਂ ਵੀ ਇਹ ਅਲੱਗ ਐ ਇਹ ਅਲੱਗ ਨਵੀਆਂ ਲੀਹਾਂ ਪਾਊਗਾ ਇਹ ਸੋ ਉਥੋਂ ਵਧੀਆ ਲੱਗਿਆ ਇਹ ਤੱਕ ਗੱਲਾਂ ਵਰਤਾਂ ਦਾ ਦੌਰ ਸੀਗਾ ਫਿਰ ਉਹਨੇ ਮੈਨੂੰ ਇੰਟਰੋਡਿਊਸ ਵੀ ਕਰਾਇਆ ਉਹ ਸੋ ਮੇਲੇ ਤੇ ਸ਼ਾਇਦ ਉਹਦੀਆਂ ਵੀਡੀਓ ਮੇਰੇ ਕੋਲ ਕਲਿੱਪ ਕੀਤੀ ਕਿ ਨੋ ਕਿਤੇ ਲੱਭ ਜਾਣਗੀ ਜਿਵੇਂ ਟੇਪ ਲਵਾਂਗਾ ਫਿਰ ਉਹਨੇ ਸਟੇਜ ਤੇ ਬੁਲਾਇਆ ਸੀਗਾ ਕਿ ਇੱਕ ਮਿੰਟ ਠਹਿਰੋ ਕਹਿੰਦੇ ਇਹ ਆ ਦਵਿੰਦਰ ਭਾਈ ਮੇਰਾ ਭਰਾ ਵੀ ਇਹ ਨਾ ਹੁੰਦਾ ਤਾਂ ਅੱਜ ਮੈਂ ਨਾ ਹੁੰਦਾ ਉਹ ਗੱਲ ਮੇਰੇ ਲਈ ਅੱਜ ਵੀ ਕਿਤੇ ਨਾ ਕਿਤੇ ਸੇਪਈ ਆ ਮੇਰੀ ਮੈਮਰੀ ਚ ਜਾਂ ਉਸ ਏਰੀ ਦੇ ਸਾਰੇ ਜਣਾਂ ਨੂੰ ਪਤਾ ਸੋ ਪ੍ਰਾਪਤੀ ਸੀਗੀ ਮੇਰੇ ਲਈ ਤੇ ਉਸ ਤੋਂ ਬਾਅਦ ਨੇ ਜਦ ਪਿੰਡ ਪੈਰਾ ਲੱਗਦਾ ਗਾਣਾ ਗਾਇਆ ਪਹਿਲੇ ਨੇ ਦੋ ਤਿੰਨ ਕਿਲਣਾ ਗਈਆਂ ਮੇਰੀ ਗੱਲ ਸੁਣ ਹਾਨੀ ਉਹਦੀ ਟਰੋ ਕਰਦੇ 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 ਮੇਰੀ ਇੱਕ ਗੱਲ ਸੁਣਦਾ ਜਾਂ ਹੀ ਉਹ ਪਿੰਡ ਪੈ ਰ ਅਲਗ ਦਾ ਜਿਆਦਾ ਨਾ ਚੱਕੀ ਨਾਲ ਉੱਪਰ ਹੈ ਤੁਸੀਂ ਬਲੀਵ ਨਹੀਂ ਕਰਨਾ ਮੇਰੇ ਲੂ ਕੰਡੇ ਹੁਣ ਵੀ ਖੜੇ ਹੋ ਜਾਂਦੇ ਨੇ ਪੂਰਾ ਪੰਡਾਲ ਐ ਖੜਾ ਹੋ ਗਿਆ ਸੀ ਇੱਕ ਵਾਰ ਉਹ ਜਲਵਾ ਮੈਂ ਨਹੀਂ ਲਿਖਿਆ ਕਿਤੇ ਵੀ ਤੇ ਉਸ ਤੋਂ ਬਾਅਦ ਕਿਉਂਕਿ ਕੈਸਟ ਦੇ ਉੱਪਰ ਮੇਰਾ ਹੀ ਨੰਬਰ ਸੀਗਾ ਤਿੰਨ ਪ੍ਰੋਗਰਾਮ ਮੈਂ ਬੁੱਕੀ ਤੇ ਪਹਿਲੇ ਦਾ ਰੇਟ ਇਹਨੂੰ ਕੁਛ ਕੀ ਰੱਖਿਆ ਸੀ 40000 ਦੂਜੇ ਦਿਨਾਂ ਦਾ ਮੈਂ ਪੁੱਛਿਆ ਮੈਂ ਕਿੰਨਾ ਕੰਦਾਸੀ ਕਰਦੇ ਤੀਜੇ ਤੇ ਇੱਕ 20 ਕਰਦੇ ਉਹ ਬਸ ਐਨੇ ਕ ਨੂੰ ਪਤਾ ਤਿੰਨ ਕਰਾ ਉਦੋਂ ਬਾਅਦ ਨਹੀਂ ਫਿਰ